जनानियां च लड़ाई तो अक्सर हुंदी रहिंदी है, पर अमृतसर के मुस्तफाबाद इलाके च अजिहा मामला सामने आया है जिथे एक प्लेट औरत की मौत का कारण बनती जा रही है, जिसने सब नू सोची पा रखिया है। हुण तुहानू दसदे आ कि है सारा मामला। दरअसल एक घर च दो परिवार किराए ते रह रहे से, ते इन्हां च लड़ाई रसोई दे भांडियां तो शुरू हुई। काबिले गौर है कि इसे घर च एक पासे डांसर लड़की रह रही सी, जिस ते दूसरा परिवार कतल दे इल्जाम लगा रहा है, ते इल्जाम ए भी लग रहे ने कि रसोई दी प्लेट तो इन्ना मामला वध गया कि गल मरण मुकाउण ते पुज गई, अते इस लड़ाई च कुलविंदर कौर दी मौत हो गई। गल है भी कितने बच्चों के उत्तों ही जान लड़ पे तो जो भांडे भूडे चले एक दूसरे से लेंदे ही है ना, तो कोई एड्डी कोई गल नहीं होंगी। जो अच्छी चीज़ ले ली जो उन्होंने ले ली तो बच्चों की चल गल चलन गई, वो भी किराए से रेंदे आप भी किराए से रेंदे चलता है भी जो एक दूसरे हाँ भी जो एक कट्ठे जो रेंदे हाँ तो वर्तन तो आई ही ना लगे तो, पर इन्हें बहुत ज़्यादा बजनीकी कर दिती कि उदों तो अभी भी चल गए, चलो पहले बोलियां बलियां आपस में चीज़ जनानियाँ तो असं सारे कामों पर आपो अपने चल गए भी चल जनानिया की गल है कोई गल नहीं होंगी घर के कोई गल है सारे कट्ठे विहड़े के बच्चे आ गए उन्हें अंदर लै गई बाद बच्चे धो के। बाकी खोर ये खाँदी कि जोड़े को बहर बंदे होंगे आते ही ना तो असी आखी दे भी साड़ी धी आ तो असी योजे कम नहीं हो देने है तो वह आते जाते ही इन यो खोर ही ये रखी सानू तो कुछ आख नहीं सकती कि अभी भी तीन चार है जी कोई एक अद्धा थोड़ी है तो गल कल का होया ना इन्हों का बाद इतों कि भांडे भूडे हाँ बर्तन तो ही बस वो लै गई धो के लै गई तो अंदर जाके सट्टा सुट्टा मारती हैं तो हूँ अं सारी रात भी लैके तुरे फिरते रहे कि डॉक्टर ने भी नहीं मदद की भी चलो यदा इलाज ही करिए बीमारी है वो तो डरते हैं कि इन्हें हाथ ही नहीं पाया डॉक्टर ने भी नहीं सवेरे लैके चले हाँ भी इतने बखाल लिया प्लेट तो ही आया झगड़ा तो इन्होंने अंदर लै गया तो कुट मार कर जाके राज हैगी जी इतने रेंदे डांसर वा कतल ने किया ਉਹਨੇ ਇੰਦਾ ਖੜ ਕੇ ਪਤਾ ਨਹੀਂ ਕੀ ਮਾਰਿਆ ਹੋਇਆ ਵਾ ਇੰਦਾ ਸਰੋਈ 'ਚ ਲੈ ਗਏ ਆ ਹੁਣ ਕੀ ਚੀਜ਼ ਨਾਲ ਵਾਰ ਕੀਤਾ ਹੋਇਆ ਮੈਨੂੰ ਵੀ ਸਗੋਂ ਮੈਂ ਸਡੋਨ ਗਏ ਮੈਨੂੰ ਵੀ ਇੱਦਾਂ ਕੁੱਟ ਮਾਰ ਕੀਤੀ ਉਹਨਾਂ ਨੇ ਜੇ ਮੈਂ ਕਿਹਾ ਪੁਲਿਸ ਸਟੇਸ਼ਨ ਜਾਂਦੇ ਤਾਂ ਮੈਨੂੰ ਗਲੀ 'ਚ ਲੈ ਗਏ ਆਉਂਦੇ ਚੱਲ ਮੈਂ ਤੇਰੇ ਨਾਲ ਜਾਂਦੀ ਇਹਨੂੰ ਜੇਲ੍ਹ ਹੋਣੀ ਚਾਹੀਦੀ। ਪੀੜਤ ਪਰਿਵਾਰ ਨੇ ਡਾਂਸਰ ਲੜਕੀ ਤੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਉਸ ਕੋਲ ਬੰਦਿਆਂ ਦਾ ਆਉਣਾ ਜਾਣਾ ਰਹਿੰਦਾ ਸੀ, ਜਿਸ ਤੋਂ ਬਾਅਦ ਕਈ ਵਾਰ ਲੜਕੀ ਨੂੰ ਵਰਜਿਆ ਵੀ ਗਿਆ ਪਰ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈ ਰਿਹਾ ਸੀ। ਰਾਤੀ ਮੈਨੂੰ ਕਾਲ ਆਈ ਇਹਨਾਂ ਦੀ ਵੀ ਇਹ ਜ਼ਿਆਦਾ ਠੀਕ ਨਹੀਂ ਆ, ਦੱਸ ਨਹੀਂ ਰਹੇ ਰੀਜ਼ਨ ਕੀ ਆ, ਮਤਲਬ ਪੁੱਛਦਾ ਹਾਂ ਵੀ ਕੀ ਪ੍ਰੋਬਲਮ ਆ, ਨਹੀਂ ਮੇਰੇ ਦਰਦਾਂ ਹੁੰਦੀਆਂ ਇੱਦਾਂ ਕਰਕੇ, ਅਤੇ ਬਾਅਦ ਵਿੱਚ ਮੇਰੀ ਮਾਸੀ ਦੇ ਮੁੰਡੇ ਨੇ ਮੈਨੂੰ ਦੱਸਿਆ ਵੀ ਇਹਦੇ ਨਾਲ ਕੁੱਟਮਾਰ ਕੀਤੀ ਗਈ ਆ, ਵੀ ਬਹੁਤ ਇੰਨੀ ਕੁ ਕੁੱਟਮਾਰ ਕੀਤੀ ਗਈ ਆ ਵੀ ਜਾ ਕੇ ਉਹ ਮੂੰਹ ਆਪਣੇ ਬੋਲ ਵੀ ਨਹੀਂ ਸਕਦੇ। ਰਾਤੀ ਇੰਨੀ ਤਕਲੀਫ ਹੋਈ ਇਹਨਾਂ ਨੂੰ, ਸਾਰੀ ਰਾਤ ਇੱਦਾਂ ਤਰਲੇ ਲੈਂਦੇ ਰਹੇ, ਮੈਂ ਇਹਨਾਂ ਨੂੰ ਕਿਹਾ ਹੋਸਪਿਟਲ ਖੜ੍ਹ ਕੇ ਦਾਖਲ ਕਰਾਓ, ਇਹਦੇ ਟੈਸਟ ਵਗੈਰਾ ਕਰਾਓ। ਰਾਤੀ ਇਹਨਾਂ ਨੇ ਟੈਸਟ ਵਗੈਰਾ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਡਾਕਟਰ ਨੇ ਵੀ ਹੱਥ ਨਹੀਂ ਪਾਇਆ। ਬਾਕੀ ਤੁਸੀਂ ਦੇ ਸਕਦੇ ਜੋ ਉਹਦੇ ਸੱਟਾਂ, ਕੁੱਟ ਮਾਰਨ ਦੀ ਵਜ੍ਹਾ ਇਹ ਪਤਾ ਲੱਗੀ ਆ ਵੀ ਇਹਨਾਂ ਦੇ ਕੋਈ ਬਰਤਨ ਤੋਂ ਝਗੜਾ ਹੋਇਆ ਵਾ ਅਤੇ ਇਹਨਾਂ ਦੇ ਘਰ ਕੋਈ ਬਾਹਰੋਂ ਬੰਦੇ ਆਉਂਦੇ ਆ, ਇਹ ਉਹਨਾਂ ਨੂੰ ਨਫ਼ਰਤ ਕਰਦੇ ਇਸ ਚੀਜ਼ ਤੋਂ ਵੀ ਮਤਲਬ ਸਾਡੀ ਜਵਾਨ ਬੇਟੀ ਰਹਿੰਦੀ ਆ, ਸਾਡਾ ਜਵਾਈ ਰਹਿੰਦਾ ਘਰ ਵਿੱਚ, ਮਤਲਬ ਵੀ ਅਸੀਂ ਇੱਦਾਂ ਦਾ ਕੰਮ ਨਹੀਂ ਗਾ ਹੁੰਦੇ ਨਾ, ਇਸ ਕਰਕੇ ਇਹਨਾਂ ਦਾ ਰੀਜ਼ਨ ਆ ਵੀ ਅਸੀਂ ਇਹਨੂੰ ਕੁੱਟ ਮਾਰ ਕਰ ਦਿੰਦੇ ਹਾਂ ਵੀ ਤਾਂ ਕਿ ਇਹ ਕਿਸੇ ਨੂੰ ਕੋਈ ਦੱਸੇ ਨਾ, ਤਾਂ ਪਰ ਇਹਨਾਂ ਨੇ ਇਸ ਗੱਲ ਨੂੰ ਦਬਾਇਆ ਵੀ ਅਸੀਂ ਨਹੀਂ ਦੱਸਣਾ ਕਿਸੇ ਨੂੰ, ਮਾਸੀ ਨੇ ਨਹੀਂ ਦੱਸਿਆ ਫਿਰ ਵੀ ਬਰਤਨ ਦੀ ਸੀ ਜਾਂ ਵਿਚਕਾਣੀ ਕੁਝ ਨਹੀਂ, ਗੱਲ ਬਰਤਨ ਤੋਂ ਹੋਈ ਇਹਨਾਂ ਦੀ, ਉਸ ਤੋਂ ਬਾਅਦ ਇਹਨਾਂ ਕੁੱਟ ਮਾਰ ਕੀਤੀ ਆ ਵੇਖ ਸਕਦੇ ਜੋ ਕੁੱਟ ਮਾਰ ਕਰਨ ਨਾਲ ਇਹਨਾਂ ਦੀ ਮੌਤ ਹੋ ਗਈ ਆ, ਜਾ ਕੇ ਵੇਖ ਸਕਦੇ ਤੁਸੀਂ ਸੱਟਾਂ ਉਹਦੇ ਕਿੱਦਾਂ ਲੱਗੀਆਂ ਹੋਈਆਂ ਨੇ। ਉਹ ਇੱਧਰੋਂ ਆਪਸ ਵਿੱਚ ਲੈਣ ਦੇਣ ਕਰਦੇ ਕਿਰਾਏਦਾਰ, ਅੱਜ ਕਈ ਇਹਨਾਂ ਸਬਜ਼ੀ ਲਿਆ ਲਈ ਕਦੀ ਉਹਨਾਂ ਲਿਆ ਕੇ ਵਰਤ ਲਈ ਹੈ ਨਾ, ਇਹਦਾ ਕਰਕੇ ਚੱਲਦਾ ਵਾ। ਅਤੇ ਬਾਕੀ ਇਹ ਥੋੜ੍ਹਾ ਵੀ ਕਿਸੇ ਨੂੰ ਕੁੱਟ ਮਾਰ ਕਰਕੇ ਵੀ ਆਪ ਕਤਲ ਦਾ ਰੀਜ਼ਨ ਇਹੀ ਹੈ ਕਿ ਇਹਦੇ ਪੇਟ 'ਚ ਲੱਤਾਂ ਲੁੱਤਾਂ ਵੱਜੀਆਂ ਜੋ, ਬਾਕੀ ਤੁਸੀਂ ਉਹਦੇ ਵੇਖ ਸਕਦੇ ਹੋ ਜੋ ਸੱਟਾਂ ਜੋ ਵੀ ਉਹਦੇ ਸਰੀਰਕ ਸਾਹਮਣੇ ਸਾਰਾ ਕੁਛ ਸੱਚਾਈ ਸਾਹਮਣੇ ਆਉਂਦੀ, ਪੂਰੇ ਤਰੀਕੇ ਨਾਲ ਅੰਦਰ ਵਾਰ ਕੇ ਕੁੱਟਿਆ ਗਿਆ ਵਾ। ਬੇਟੀ ਨੂੰ ਧਮਕੀਆਂ ਮਿਲੀਆਂ ਵੀ ਸਾਡੇ ਕੋਲ ਪਿਸਟਲ ਵਾ, ਤੈਨੂੰ ਐਂ ਕਰ ਦਾਂਗੇ, ਜੇ ਕਰ ਦਾਂਗੇ ਤੈਨੂੰ ਬੰਦੇ ਪਵਾ ਦਾਂਗੇ। ਉਹ ਇਕੱਲੀ ਲੜਕੀ ਡਰ ਗਈ ਜਵਾਰੀ ਵੀ ਇੱਥੇ ਮੇਰਾ ਕੋਈ ਨਹੀਂ ਗਾ, ਕੋਈ ਲਾਗੇ ਰਹਿੰਦਾ ਨਹੀਂ ਗਾ, ਤਾਂ ਅਸੀਂ ਬਹੁਤ ਦੂਰ ਤੋਂ ਆਏ ਧਾਰੀਵਾਲ ਤੋਂ ਆਣ ਕੇ। ਮੈਂ ਕੁੱਟਮਾਰ ਕਾਰਨ ਹੀ ਮੌਤ ਹੋਈ ਹੈ ਜਾਂ ਫਿਰ ਕੁੱਟਮਾਰ ਨਾਲ ਹੀ? ਤੇਜ਼ਧਾਰ ਹਥਿਆਰਾਂ ਨਾਲ ਨਹੀਂ, ਕੁੱਟਮਾਰ ਨਾਲ
ਮੌਤ ਹੋਈ ਆ ਵੀ ਕੁੱਟਿਆ ਮਾਰਿਆ ਇੰਨਾ ਗਿਆ ਸਰੀਰ ਦੇ ਇੰਨੇ ਕਮਜ਼ੋਰ ਵੀ ਉਹ ਹਿੱਲ ਹੀ ਨਹੀਂ ਸਕੇ ਬਾਕੀ ਉਹ ਵੇਖ ਸਕਦੇ ਜੇ ਤੁਸੀਂ ਇਹਦੇ ਸੱਟਾਂ ਦੱਸਣਗੀਆਂ ਖੁਦ ਉਹਦੇ ਪੇਟ ਦੇ ਉੱਤੇ ਕਿੱਦਾਂ ਜ਼ਖਮ ਆ ਅਤੇ ਉਹਦੇ ਲੱਤਾਂ ਦੇ ਉੱਤੇ ਕਿੱਦਾਂ ਨਿਸ਼ਾਨ ਪਏ ਹੋਏ ਆ ਮੰਗ ਇਹੀ ਕਰਦੇ ਹਾਂ ਵੀ ਜਿੱਦਾਂ ਇਹਨੇ ਕੀਤਾ ਤਾਂ ਕਿ ਕਿਸੇ ਹੋਰ ਨਾਲ ਇੱਦਾਂ ਨਾ ਹੋਵੇ ਇਹਨੂੰ ਜਿੰਨੀ ਕਾਲੀ ਤੋਂ ਕੜੀ ਸਜ਼ਾ ਦਿੱਤੀ ਜਾਂਦੀ ਹੈ ਉਹ ਦਿੱਤੀ ਜਾਵੇ ਫਿਲਹਾਲ ਇਸ ਮਾਮਲੇ 'ਤੇ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਇਹਨਾਂ ਦਾ ਸਰ ਹਫ਼ਤਾ ਪਹਿਲਾਂ ਝਗੜਾ ਹੋਇਆ ਸੀ ਉਹ ਵੀ ਕਿਰਾਏਦਾਰ ਹੈ ਅਤੇ ਦੋਵੇਂ ਇਹ ਵੀ ਕਿਰਾਏਦਾਰ ਹੈ ਇਹਨਾਂ ਦਾ ਘਰੇਲੂ ਸਮਾਨ ਸਮੂਨ ਤੋਂ ਹੀ ਹੋਇਆ ਕੋਈ ਸਰ ਇਹ ਨਹੀਂ ਪਤਾ ਜੇ ਸਾਨੂੰ ਕਤਲ ਹੋਇਆ ਕਿ ਕਿਸ ਨੇ ਸਾਡੇ ਅਫਸਰ ਇਨਵੈਸਟੀਗੇਸ਼ਨ ਕਰ ਰਹੇ ਜੋ ਤੱਥ ਸਦਮੇ ਆਉਣਗੇ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਹੋਈ ਹਾਂਜੀ ਸਰ ਬੋਡੀ ਦਾ ਪੋਸਟਮਾਰਟਮ ਕਰਾਉਣਾ ਨਹੀਂ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸਰ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੂਗਾ ਸਰ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ